ਵੀ ਕਿਸੇ ਵੀ ਵੀਡੀਓ ਦੇ ਪਿੱਛੇ ਬਹੁਤ ਵਧੀਆ ਬੈਕਗ੍ਰਾਉਂਡ ਲਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ, ਤਾਂ ਵੀਡੀਓ ਆਪਣੇ ਐਂਡਰਾਇਡ ਫੋਨ ਦੇ ਨਾਲ ਜਾਂ ਐਪਲ ਫੋਨ ਦੇ ਨਾਲ ਵੀ ਬਹੁਤ ਆਸਾਨੀ ਦੇ ਨਾਲ ਇੱਦਾਂ ਦੀ ਵੀਡੀਓ ਬਣਾ ਸਕਦੇ ਹੋ। ਤਰ੍ਹਾਂ ਤੁਸੀਂ ਆਪਣੀਆਂ ਨੋਰਮਲ ਵੀਡੀਓ ਨੂੰ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਬਣਾ ਸਕਦੇ ਹਾਂ, ਜਿਵੇਂ ਕਿ ਐਂ ਲੱਗੇਗਾ ਕਿ ਬਹੁਤ ਹੀ ਹਾਈ ਫਾਈ ਕੈਮਰੇ ਦੇ ਨਾਲ ਬਣੀਆਂ ਹੋਈਆਂ। ਇਸ ਤਰ੍ਹਾਂ ਕਰੋਗੇ ਜਿੱਥੇ ਮਰਜ਼ੀ ਨੂੰ ਤੁਸੀਂ ਐਡਜਸਟ ਕਰ ਸਕ ਹਾਂ ਦੇਖੋ, ਹੁਣ ਦੇਖੋ ਕਿੱਡੀ ਵਧੀਆ ਕੁਆਲਿਟੀ ਦੇ ਵਿੱਚ ਵੀਡੀਓ ਬਣ ਕੇ ਤਿਆਰ ਹੋ ਗਿਆ ਅਤੇ ਪਿਛਲਾ ਕਲਰ ਜਿਹੜਾ ਇਹਦਾ ਰਿਮੂਵ ਹੋ ਗਿਆ। ਬਾਈ ਜੀ ਵੀਡੀਓ ਦੇਖ ਕੇ ਤੁਹਾਨੂੰ ਲੱਗਦਾ ਹੋਵੇਗਾ ਕਿ ਸ਼ਾਇਦ ਇਹ ਵੀਡੀਓ ਬਹੁਤ ਹੀ ਹਾਈ ਫਾਈ ਕੈਮਰੇ ਦੇ ਨਾਲ ਬਣਾਈ ਗਈ, ਪਰ ਇੱਦਾਂ ਨਹੀਂ ਹੈ। ਤੁਸੀਂ ਆਪਣੇ ਐਂਡਰਾਇਡ ਫੋਨ ਦੇ ਨਾਲ ਜਾਂ ਐਪਲ ਫੋਨ ਦੇ ਨਾਲ ਵੀ ਬਹੁਤ ਆਸਾਨੀ ਦੇ ਨਾਲ ਇੱਦਾਂ ਦੀ ਵੀਡੀਓ ਬਣਾ ਸਕਦੇ ਹੋ ਸਿਰਫ 1 ਮਿੰਟ ਦੇ ਵਿੱਚ। ਕਰਨਾ ਕੀ ਹੋਊਗਾ, ਵੀਡੀਓ ਨੂੰ ਪੂਰਾ ਦੇਖ ਕੇ ਜਾਓ, ਤੁਹਾਨੂੰ ਮੈਂ ਸਿਖਾਊਂਗਾ। ਇਸ ਤਰ੍ਹਾਂ ਤੁਸੀਂ ਵੀ ਆਪਣੀ ਕਿਸੇ ਵੀ ਵੀਡੀਓ ਦੇ ਪਿੱਛੇ ਬਹੁਤ ਵਧੀਆ ਬੈਕਗ੍ਰਾਉਂਡ ਲਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ, ਤਾਂ ਵੀਡੀਓ ਨੂੰ ਪੂਰਾ ਦੇਖ ਕੇ ਜਾਇਓ। ਇੱਦਾਂ ਦੀਆਂ ਵੀਡੀਓ ਮਿਲਦੀਆਂ ਕਿੱਥੋਂ ਤੁਹਾਨੂੰ ਮੈਂ ਲਾਸਟ ਦੇ ਵਿੱਚ ਦੱਸੂੰਗਾ। ਸਭ ਤੋਂ ਪਹਿਲਾਂ ਤੁਸੀਂ VN ਐਪ ਡਾਊਨਲੋਡ ਕਰਨਾ, ਉਹ ਤੋਂ ਪਹਿਲਾਂ ਤੁਸੀਂ ਆਪਣੀ ਵੀਡੀਓ ਰਿਕਾਰਡ ਕਰਕੇ ਰੱਖ ਲੈਣੀ ਹੈ। ਜਿਹੜੀ ਵੀਡੀਓ ਰਿਕਾਰਡ ਕਰੋਗੇ ਉਹ ਪਲੇਨ ਕੰਧ ਦੇ ਨਾਲ ਹੋਣੀ ਚਾਹੀਦੀ, ਜਾਂ ਪਿੱਛੇ ਕੋਈ ਪਰਦਾ ਲਾ ਲਿਓ, ਗ੍ਰੀਨ ਕਲਰ ਕੋਈ ਵੀ ਇੱਕ ਹੀ ਕਲਰ ਹੋਣਾ ਚਾਹੀਦਾ। ਫਿਰ ਤੁਸੀਂ VN ਐਪ ਨੂੰ ਓਪਨ ਕਰੋਗੇ ਤਾਂ ਨਿਊ ਪ੍ਰੋਜੈਕਟ ਲਿਖਿਆ ਆਊਗਾ, ਨਿਊ ਪ੍ਰੋਜੈਕਟ 'ਤੇ ਜਾ ਕੇ ਤੁਸੀਂ ਕਲਿੱਕ ਕਰਨਾ। ਕਲਿੱਕ ਕਰਨ ਤੋਂ ਬਾਅਦ ਦੇ ਵਿੱਚ ਉਹ ਤੁਹਾਡੀ ਗੈਲਰੀ ਦੇ ਵਿੱਚ ਜਾ ਕੇ ਖੁੱਲ੍ਹੇਗਾ। ਹਾਂ, ਇਸ ਤਰ੍ਹਾਂ ਆਵੇਗਾ ਉਹ ਗੈਲਰੀ ਦੇ ਵਿੱਚ, ਇਸ ਤਰ੍ਹਾਂ ਜਾ ਕੇ ਤੁਹਾਡੀ ਗੈਲਰੀ ਦੇ ਵਿੱਚ ਓਪਨ ਹੋਊਗਾ। ਉੱਥੋਂ ਤੁਸੀਂ ਬੈਕਗ੍ਰਾਉਂਡ ਵੀਡੀਓ ਲੈਣੀ ਜਿਹੜੀ ਤੁਸੀਂ ਡਾਊਨਲੋਡ ਕੀਤੀ ਹੋਊਗੀ, ਉਹ ਤੁਹਾਨੂੰ ਮੈਂ ਲਾਸਟ 'ਤੇ ਦੱਸਦਾ ਵੀਡੀਓ ਹੀ ਮਿਲਦੀਆਂ ਕਿੱਥੋਂ। ਹਾਂ, ਇੱਦਾਂ ਤੁਸੀਂ ਉਹ ਵੀਡੀਓ ਚੱਕ ਲੈਣੀ ਆ, ਇਸ ਤਰ੍ਹਾਂ ਇਹ ਵੀਡੀਓ ਤੁਹਾਡੇ VN ਐਪ ਦੇ ਵਿੱਚ ਸ਼ੋ ਹੋਵੇਗੀ। ਇਹ ਵੀਡੀਓ ਦੇ ਲਾਸਟ ਦੇ ਵਿੱਚ ਜਾਣਾ ਤੁਸੀਂ, ਲਾਸਟ ਦੇ ਵਿੱਚ ਐਪ ਦੀ ਇੱਕ ਐਡ ਆਊਗੀ, ਉਹਨੂੰ ਤੁਸੀਂ ਕੱਟ ਦੇਣਾ। ਉਹਨੂੰ ਕੱਟ ਕੇ ਟੈਪ ਟੂ ਸਟਿੱਕਰ 'ਤੇ ਕਲਿੱਕ ਕਰਨਾ, ਫਿਰ ਤੁਸੀਂ ਉਹ ਆਪਣੀ ਵੀਡੀਓ ਲੈਣੀ ਹੈ ਜਿਹੜੀ ਤੁਸੀਂ ਆਪਣੀ ਵੀਡੀਓ ਬਣਾਈ ਹੋਵੇਗੀ। ਹਾਂ, ਜਿਵੇਂ ਕਿ ਆਹ ਐਗਜ਼ਾਮਪਲ ਦੇ ਤੌਰ 'ਤੇ ਵੀਡੀਓ ਆ, ਇਹ ਵੀਡੀਓ ਦੇਖ ਲਓ ਇੱਕੇ ਹੀ ਕਲਰ ਦੀ ਆ, ਪਿੱਛੇ ਕੋਈ ਹੋਰ ਕਲਰ ਨਹੀਂ ਗਾ, ਸਿਰਫ ਇੱਕ ਗ੍ਰੀਨ ਕਲਰ ਆ ਰਿਹਾ। ਇਹ ਕਲਰ ਨੂੰ ਆਪਾਂ ਰਿਮੂਵ ਕਰ ਦੇਣਾ। ਏਅਰ ਕਲਰ ਨੂੰ ਰਿਮੂਵ ਕਰਨ ਦੇ ਨਾਲ ਤੁਹਾਡਾ ਪਿਛਲਾ ਬੈਕਗ੍ਰਾਉਂਡ ਆਪਣੇ ਆਪ ਹੀ ਆ ਜਾਊਗਾ। ਇਹਨੂੰ ਰਿਮੂਵ ਕਿੱਥੋਂ ਕਰਨਾ, ਇਸ ਵੀਡੀਓ 'ਤੇ ਕਲਿੱਕ ਕਰਿਓ, ਪਹਿਲਾਂ ਇਹਨੂੰ ਆਪਣੇ ਹਿਸਾਬ ਨਾਲ ਉੱਪਰ ਨੀਚੇ ਜਿੱਥੇ ਵੀ ਕਰਨਾ ਐਡਜਸਟ ਕਰ ਲਿਓ। ਫਿਰ ਨੀਚੇ ਲਿਖਿਆ ਆਏਗਾ ਕਰੋਮਾ, ਉੱਤੇ ਤੁਸੀਂ ਕਲਿੱਕ ਕਰਿਓ। ਇਸ ਤਰ੍ਹਾਂ ਗੋਲ ਚੱਕਰ ਆਵੇਗਾ, ਗੋਲ ਚੱਕਰ ਨੂੰ ਜਿਹੜਾ ਕਲਰ ਆਪਾਂ ਡਾਉਣਾ ਉਹਦੇ ਉੱਤੇ ਰੱਖ ਕੇ ਕਲਿੱਕ ਕਰ ਦਿਓ, ਉਹ ਕਲਰ ਰਿਮੂਵ ਹੋ ਜਾਏਗਾ। ਜਿਹੜੀਆਂ ਨੀਚੇ ਲਾਈਨਾਂ ਆ ਰਹੀਆਂ ਇਹਨੂੰ ਤੁਸੀਂ ਵੱਧ ਘੱਟ ਸਹੀ ਜਿੱਦਾਂ ਵੀ ਤੁਹਾਨੂੰ ਸਹੀ ਲੱਗੇਗਾ ਉੱਦਾਂ ਉੱਥੇ ਕਰਕੇ ਇਹਨੂੰ ਸੈਟਿੰਗ ਕਰ ਦੇਣਾ, ਅਤੇ ਨੀਚੇ ਵਾਲੇ ਨੂੰ ਵੀ ਉਸ ਤਰ੍ਹਾਂ ਹੀ ਕਰ ਦੇਣਾ। ਇਹਨਾਂ ਨੂੰ ਕਰਨ ਤੋਂ ਬਾਅਦ ਤੁਸੀਂ ਵੀਡੀਓ ਨੂੰ ਐਡਜਸਟ ਕਰ ਦੇਣਾ ਵਾ, ਜਿਵੇਂ ਕਿ ਇਹ ਥੋੜ੍ਹੀ ਕੁ ਨੀਚੇ ਆ, ਆਪਾਂ ਥੋੜ੍ਹੀ ਕੁ ਇਹਨੂੰ ਉੱਪਰ ਕਰਦੇ ਹਾਂ। ਇਹ ਵੀਡੀਓ ਦੇ ਉੱਪਰ ਕਲਿੱਕ ਕਰੋਗੇ, ਹਾਂ ਇਸ ਤਰ੍ਹਾਂ ਕਲਿੱਕ ਕਰੋਗੇ ਜਿੱਥੇ ਮਰਜ਼ੀ ਨੂੰ ਤੁਸੀਂ ਐਡਜਸਟ ਕਰ ਸਕ ਹਾਂ ਦੇਖੋ, ਹੁਣ ਦੇਖੋ ਕਿੱਡੀ ਵਧੀਆ ਕੁਆਲਿਟੀ ਦੇ ਵਿੱਚ ਵੀਡੀਓ ਬਣ ਕੇ ਤਿਆਰ ਹੋ ਗਿਆ ਅਤੇ ਪਿਛਲਾ ਕਲਰ ਜਿਹੜਾ ਇਹਦਾ ਰਿਮੂਵ ਹੋ ਗਿਆ। ਇਸ ਤਰ੍ਹਾਂ ਤੁਸੀਂ ਆਪਣੀਆਂ ਨੋਰਮਲ ਵੀਡੀਓ ਨੂੰ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਬਣਾ ਸਕਦੇ ਹਾਂ, ਜਿਵੇਂ ਕਿ ਐਂ ਲੱਗੇਗਾ ਕਿ ਬਹੁਤ ਹੀ ਹਾਈ ਫਾਈ ਕੈਮਰੇ ਦੇ ਨਾਲ ਬਣੀਆਂ ਹੋਈਆਂ। ਇਸ ਤਰ੍ਹਾਂ ਤੁਸੀਂ ਜਿਹੜਾ ਵਾਧੂ ਐਕਸਟਰਾ ਪਾਰਟ ਹੋਇਆ ਉਹ ਤੁਸੀਂ ਕੱਟ ਦੇਣਾ, ਅਤੇ ਓਨਾ ਹੀ ਪਾਰਟ ਰੱਖਣਾ ਜਿੰਨੀ ਤੁਹਾਡੀ ਵੀਡੀਓ ਆ। ਅਤੇ ਇਹ ਵੀਡੀਓ ਤੁਹਾਨੂੰ ਮਿਲਣੀ ਆ ਪਿਕਸਾਬੇ ਤੋਂ।